ਕੁੱਪੜ ਦੇ ਨਾਲਾਗੜ੍ਹ ਦੇ ਵਿੱਚ ਇੱਕ ਨਿੱਜੀ ਸਕੂਲ ਦੀ ਮੈਸ ਦੇ ਵਿੱਚ ਖਾਣਾ ਖਾਣ ਦੇ ਨਾਲ ਸਕੂਲ ਦੇ 15 ਵਿਦਿਆਰਥੀਆਂ ਦੀ ਸਿਹਤ ਅਚਾਨਕ ਵਿਗੜ ਗਈ, ਜਿਨ੍ਹਾਂ ਬੱਚਿਆਂ ਨੂੰ ਇਲਾਜ ਦੇ ਲਈ ਨਾਲਾਗੜ੍ਹ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਾਇਆ ਗਿਆ। ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਹੈ ਕਿ ਖਰਾਬ ਖਾਣਾ ਖਾਣ ਦੇ ਨਾਲ ਬੱਚਿਆਂ ਦੀ ਸਿਹਤ ਖਰਾਬ ਹੋਈ ਹੈ। ਨਜ਼ਦੀਕੀ ਸਕੂਲ ਪੰਜਾਬ ਦੇ ਹਿਮਾਚਲ ਬਾਰਡਰ 'ਤੇ ਪੈਂਦਾ। ਟਰੱਸਟ ਦਾ ਮੈਂਬਰ ਔਰ ਇਹ ਸਾਡੀ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਅਸੀਂ ਇਹ ਸਕੂਲ ਚਲਾ ਰਹੇ ਹਾਂ, ਗੁਰੂ ਨਾਨਕ ਪਬਲਿਕ ਸਕੂਲ। ਔਰ ਸਾਡੇ ਕੋਲ ਅਕੈਡਮੀ ਹੈ ਕਬੱਡੀ ਦੀ। ਸਰ, ਜਿਹੜੀ ਜਿਹੜੀ ਬੱਚਿਆਂ ਦੀ ਜਿਹੜੀ ਹੈਗੀ ਤਬੀਅਤ ਖਰਾਬ ਹੋਈ ਹੈ, ਬੱਚੇ ਹੋਸਪਿਟਲ ਪਹੁੰਚੇ ਆ, ਕੀ ਮਾਮਲਾ ਕੀ ਹੈ ਜੀ? ਖਾਣ ਪੀਣ ਤੋਂ ਬਾਅਦ ਕਹਿੰਦੇ ਖਾਣਾ ਘਟੀਆ ਸੀ। ਸਰ, ਬਿਲਕੁਲ ਕੋਈ ਖਾਣਾ ਘਟੀਆ ਨਹੀਂ। ਸਾਡਾ ਡੇਢ ਦੋ ਸਾਲ ਤੋਂ ਸਾਡੀ ਅਕੈਡਮੀ ਚੱਲਦੀ ਹੈ, ਮੈਸ ਚਲਾ ਰਹੇ ਹੈ। ਸਾਡੇ ਮੈਸ ਵਾਲਿਆਂ ਨੂੰ ਸਪੈਸ਼ਲ ਹਦਾਇਤ ਦਿੱਤੀ ਗਈ ਹੈ ਵੀ ਤਾਂ ਰੋਜ਼ ਫਰੈਸ਼ ਖਾਣਾ ਦੇਣਾ ਬੱਚਿਆਂ ਨੂੰ, ਇਹ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਨਾਮ ਕੀ ਆਪਣਾ? ਕ੍ਰਿਤਿਕਾ। ਕੀ ਨਾਮ ਆ? ਕ੍ਰਿਤਿਕਾ। ਹੈਂ? ਕ੍ਰਿਤਿਕਾ। ਕ੍ਰਿਤਿਕਾ ਕਿਹੜੀ ਕਲਾਸ 'ਚ ਪੜ੍ਹਦੇ ਹੋ? 10th। ਕਿਹੜੇ ਸਕੂਲ 'ਚ? ਗੁਰਨਾਨਕ ਪਬਲਿਕ ਸਕੂਲ। ਅੱਛਾ, ਤੁਹਾਨੂੰ ਇੱਥੇ ਐਡਮਿਟ ਕਰਾਇਆ ਗਿਆ, ਕੀ ਕਾਰਨ ਆ? ਕਦੋਂ ਵੋਮਿਟਿੰਗ ਲੱਗੀ ਹੋਈ, ਇਸ ਕਰਕੇ ਲਗਾਇਆ। ਇਸ ਤੋਂ ਬਾਅਦ ਲੱਗੀ ਵੋਮਿਟਿੰਗ? ਕਿਤਨੇ ਬੱਚੇ ਬਿਮਾਰ ਹੋ ਗਏ ਇਸਕੇ ਬਾਅਦ? 50। ਸਕੂਲ ਮੈਨੇਜਮੈਂਟ ਨੇ ਆਪਕੇ ਘਰ ਵਾਲੋਂ ਕੋ ਇਨਫੋਰਮ ਕੀਆ? ਯੈਸ ਸਰ, ਕਰ ਦਿਆ।